ਕੁੜਤੇ ਦੀ ਜੇਬ ਸਮੇਤ ਪਰਸ ਖੋ ਕੇ ਭੱਜਣ ਵਾਲੇ ਝਪਟਮਾਰਾਂ ਨੂੰ ਮੌਕੇ ਤੇ ਹੀ ਕਾਬੂ ਕੀਤਾ ਗਿਆ। ਦਰਅਸਲ ਇੱਕ ਵਿਅਕਤੀ ਆਪਣੀ ਪਤਨੀ ਦੇ ਨਾਲ ਬਾਈਕ ਦੇ ਉੱਤੇ ਸਵਾਰ ਹੋ ਕੇ ਜਦੋਂ ਜਾ ਰਿਹਾ ਸੀ ਤਾਂ ਪਿੱਛੋਂ ਦੀ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਝਪਟਮਾਰਾਂ ਦੇ ਵੱਲੋਂ ਵਿਅਕਤੀ ਦੀ ਜੋ ਕੁੜਤੇ ਦੀ ਜੇਬ ਹੈ ਉਸਨੂੰ ਹੱਥ ਪਾਇਆ ਜਾਂਦਾ ਅਤੇ ਜੇਬ ਵੀ ਪਾੜ ਕੇ ਉਸਦੀ ਆਪਣੇ ਨਾਲ ਲੈ ਜਾਂਦੇ ਨੇ। ਹਾਲਾਂਕਿ ਵਿਅਕਤੀ ਦੇ ਵੱਲੋਂ ਜਦੋਂ ਸ਼ੋਰ ਮਚਾਇਆ ਜਾਂਦਾ ਤਾਂ ਮੌਕੇ 'ਤੇ ਮੌਜੂਦ ਇੱਕ ਪਾਰਸ਼ਦ ਦੇ ਵੱਲੋਂ ਇਹਨਾਂ ਝਪਟਮਾਰਾਂ ਨੂੰ ਜੱਫਾ ਪਾ ਕੇ ਹੇਠਾਂ ਸੁੱਟ ਲਿਆ ਜਾਂਦਾ ਅਤੇ ਜਿਸ ਤੋਂ ਬਾਅਦ ਇਹਨਾਂ ਦੀ ਦੱਬ ਕੇ ਰੇਲ ਬਣਾਈ ਜਾਂਦੀ ਹੈ। ਹਾਲਾਂਕਿ ਇਹਨਾਂ ਨੂੰ ਖੰਭੇ ਦੇ ਨਾਲ ਬੰਨ੍ਹ ਲਿਆ ਜਾਂਦਾ ਅਤੇ ਲੋਕਾਂ ਦੇ ਵੱਲੋਂ ਖੂਬ ਇਹਨਾਂ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ। ਮੌਕੇ ਦੇ ਉੱਤੇ ਪੁਲਿਸ ਨੂੰ ਵੀ ਸੂਚਿਤ ਕੀਤਾ ਜਾਂਦਾ ਤਾਂ ਪੁਲਿਸ ਮੌਕੇ 'ਤੇ ਜਦੋਂ ਪਹੁੰਚਦੀ ਹੈ ਤਾਂ ਇਹਨਾਂ ਦੋਵਾਂ ਝਪਟਮਾਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਜਿੱਥੇ ਕਿ ਮੌਕੇ ਦੇ ਉੱਤੇ ਹੀ ਝਪਟਮਾਰਾਂ ਨੂੰ ਕਾਬੂ ਕੀਤਾ। ਇੱਕ ਵਿਅਕਤੀ ਜਦੋਂ ਆਪਣੀ ਪਤਨੀ ਨਾਲ ਬਾਈਕ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਕੁੜਤੇ ਦੀ ਜੇਬ ਪਾੜ ਕੇ ਹੀ ਇਹ ਝਪਟਮਾਰ ਫਰਾਰ ਹੋ ਜਾਂਦੇ ਨੇ। ਹਾਲਾਂਕਿ ਉਸ ਜੇਬ ਦੇ ਵਿੱਚ ਇੱਕ ਸੋਨੇ ਦੀ ਰਿੰਗ ਹੁੰਦੀ ਹੈ ਅਤੇ ਨਾਲ ਹੀ ਵਿਅਕਤੀ ਦਾ ਪਰਸ ਹੁੰਦਾ। ਪਰ ਮੌਕੇ 'ਤੇ ਜਦੋਂ ਸ਼ੋਰ ਮਚਾਇਆ ਜਾਂਦਾ ਤਾਂ ਇੱਕ ਪਾਰਸ਼ਦ ਇਹਨਾਂ ਲੁਟੇਰਿਆਂ ਨੂੰ ਇਹਨਾਂ ਝਪਟਮਾਰਾਂ ਨੂੰ ਮੌਕੇ 'ਤੇ ਹੀ ਕਾਬੂ ਕਰ ਲੈਂਦਾ ਅਤੇ ਲੋਕਾਂ ਦੇ ਵੱਲੋਂ ਖੂਬ ਇਹਨਾਂ ਦੀ ਛਿੱਤਰ ਪਰੇਡ ਕੀਤੀ ਜਾਂਦੀ ਹੈ ਅਤੇ ਬਾਅਦ ਦੇ ਵਿੱਚ ਹੁਣ ਇਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ। ਰਸਾਲਾ ਰਸੇਲ ਟੁੱਟੇ ਵੀ ਆਏ ਸਾਰੇ।